रहीम अस्सलाम वालेकुम आप सारे दोस्तों को मेरे चैनल विलेज लाइफ विद सफ़दर में खुश आमदेद दोस्तों क्या हाल है उम्मीद करता हूँ आप खैर खरीयत से होंगे अच्छा दोस्तों आज की इस वीडियो में मैं आपको मुकम्मल तफ़ीलत बताने जा रहा हूँ पापूलर की नर्सरी के बारे में इस वीडियो में हम मज़ीद जानेंगे कि पापूलर का कौन सा दरख्त यानी कि कौन सी किस्म ज़्यादा फ़ायदा मंद होती है कौन सी जल्दी तैयार हो जाती है बाकी सारी तफसील इस फार्म के ऑनर से बात करके अच्छा भाई जान ये दसना वे तोडे कोल केड़ा केड़ा पॉपुलर जेड़ा इस टाइम मौजूद है इस टाइम भाई सुधा बाहर भी है गोल्डन भी है देसी भी है ठीक हो गया अच्छा ने जेड़े तीन ਤੁਸੀਂ नस्ਲਾਂ ਦੱਸ ਰਹੇ ਹੋ पॉपुलर ਦੀਆਂ ਇਹਨਾਂ ਚ ਕੀ ਫਰਕ ਹੁੰਦਾ ਹੈ ਇਹ तकरीबन जेड़ਣੀ ਹੈ ਆ ਇਹ 골ਡਨ ঠিক ਹੈ ਇਹ ਚਿੱਟਾ ਹੁੰਦਾ ਹੈ ঠিক ਹੈ ਤੇ ਜਿਹੜਾ ਇਹ ਵਾਲਾ ਹੈ ਨਾ ਜੀ ਇਹ ਵਾਲਾ देसी ਆ ਜੀ ঠিক ਹੈ ਇਹ ਵਿੱਚ ਰੱਤਾ ਹੁੰਦਾ ਹੈ আচ্ছা ਇਹ ਵਿੱਚ ਲਾਲ ਹੁੰਦਾ ਜੀ ਜਿਹੜਾ ਉਹ ਵਾਲਾ ਨਾ ਜੀ আচ্ছা ਇਹ ਦੇਸੀ ਤੇ ਜ਼ਰਾ ਸਾਨੂੰ ਪਛਾਣ ਦੱਸੋ ਕਿਸ ਤਰੀਕੇ ਨਾਲ ਲਾਲ ਉਹਨਾਂ ਜ਼ਰਾ ਖੁਰਚ ਕੇ ਦੱਸ ਦਿਓ ਇਹ ਤਕਰੀਬਨ ਜਿਹੜੀ ਨਹੀਂ ਹੈ ਇਸ ਤੋਂ ਹੁਣ ਤੋਂ ਸਾਵਾਂ ਨਾ ਜੀ ਇਹ ਜਸਟ ਵਿੱਚ ਬਣਨਾ ਇਹਦੀ ਛੋਟੀ ਲਾਲ ਹੋਣੀ ਠੀਕ ਹੋ ਗਿਆ ਤੇ ਇਹ ਦਿਖਲਾ ਮੈਂ ਸਿਲਾਉਣੇ ਆ ਇੱਥੇ ਲੈ ਕਰਕੇ ਇਦਾਂ ਤੇ ਕਰਕੇ ਠੀਕ ਹੈ ਜੀ ਜੀ ਅੱਛਾ ਇਹ ਤਾਂ ਜ਼ਰਾ ਜਿਹੜਾ 골ਡਨ ਹੈ ਜੀ ਇਹ ਤਾਂ ਸਾਰਾ ਦੱਸੋ ਸੇ ਖਾ ਉਸਨ ਇਹ ਬਿਲਕੁਲ ਸਭ तकरीबन ਸੇਮ ਹੀ ਹਨ ਦੋਨੋਂ ਜੀ ਹਾਂ ਵਿੱਚ ਜਿਹੜੀ ਨਹੀਂ ਹੈ ਉਹ ਇੱਥੇ ਸੇਮ ਹੀ ਹੈ ਜਸਟ ਵਿੱਚ ਛੋਟੀ ਬਣਣੀ ਹੈ ਨਾ ਜੀ ਹਾਂ ਉਸ ਟਾਈਮ ਇਹ ਨਾ ਜੜਨੀ ਹੈ ਉਸ ਵਿੱਚ ਸਫੈਦ ਹੋਣਾ ਉਸ ਵਿੱਚ ਜੜਨੀ ਹੈ ਲਾਲ ਹੋਣੀ ਹੈ ਠੀਕ ਹੈ ਬਿਹਤਰ ਜਿਹੜੀ ਕਿਸਮ ਹੈ ਉਹ ਕਿਹੜੀ ਹੈ ਉਹ ਜੀ ਹੈ 골ਡਨ ਜਿਹੜੀ ਹੈ ਇਹ ਵਪਾਰੇ ਵੀ ਜ਼ਿਆਦਾ ਪਸੰਦ ਕਰਦਾ ਹੈ ਠੀਕ ਹੈ ਤਾਂ ਫਿਰ ਜਿਹੜੀ ਨਹੀਂ ਹੈ ਇਹ ਹੁੰਦੀ ਵੀ ਜ਼ਿਆਦਾ ਹੈ ਤੁਹਾਨੂੰ ਠੀਕ ਹੈ ਉਹ ਜਿਹੜਾਣੇ ਵਾਲਾ ਜਿਹੜੀ ਉਹ ਦੇਸੀ ਹੈ ਠੀਕ ਹੈ ਤੇ ਤਕਰੀਬਨ ਲੱਗਣੇ ਵਾਲਾ ਜਿਹੜੀ ਹੈ ਉਹ 골ਡਨ ਹੈ ਜ਼ਿਆਦਾ ਠੀਕ ਹੈ ਅੱਛਾ ਤੇ ਇਹ ਜਿਹੜੀ ਨਰਸਰੀ ਹੈ ਇਹ ਤਕਰੀਬਨ ਤੁਸੀਂ ਕਿੰਨੀ ਕਲਮ ਲਾਂਦੇ ਹੋ ਅਸਾਂ ਤਕਰੀਬਨ ਕੁਛ 6 7 ਲੱਖ ਲਾਇਦੇ 6-7 ਲੱਖ ਕਲਮ ਜੀ ਠੀਕ ਹੋ ਗਿਆ ਅੱਛਾ ਇਹ ਕਲਮ ਲਾਉਣ ਦਾ ਸੰ तरीਕਾ ਦੱਸੋ ਵੀ ਕਲਮ ਕਿਸ ਤਰੀਕੇ ਨਾਲ ਲੱਗਦੀ ਹੈ ਅਸਾਂ ਜਿਹੜੀ ਆ ਜਗਾ ਹੈ ਨਾ ਇਹਨੂੰ ਪਹਿਲ ਪਪੂਲਾਰਾ ਪਟਕੇ ਨਵਾਲ ਲਵੇਦਾ ਵਾਹ ਕੇ ਦੇਵੇ ਕਲਰ ਸਾਟ ਲਵੇਦਾ ਕਲਰ ਸਾਟ ਕੇ ਨੋ ਡੀਪੀ ਖਾ ਦੇ ਕੇ ਨਾ ਥੱਲੇ ਤੇ ਫਿਰ ਜਿਹੜੀ ਹੈ ਬਾਹਰ ਪਪੂਲਾਰੇ ਦੀ ਕਲਮਾਂ ਲਾ ਕੇ ਲੈਵਦੀਆਂ ਉਹ ਕਲਮ ਇਤਨੀ ਬਣਾ ਲਵੇ ਜੀ ਚਾਰ ਅੱਖਾਂ ਦੀ ਕਲਮ ਕਲਮ ਬਣਾ ਕੇ ਫਿਰ ਉਹਨਾਂ ਜਿਹੜੀ ਹੈ ਰੱਸੀ ਨਾਲੋ ਲੈਣਾ ਬਣਾਵਦੀਆਂ ਬਣਾ ਕੇ ਇਹਨੂੰ ਇਤਨੇ ਨੇ ਤੇ ਕਰ ਜਿਹੜੀ ਹੈ ਵਿੱਚ ਕਲਮ ਨੂੰ ਲਾ ਲਵੇਦਾ ਅੱਛਾ ਇਹ ਤੁਸੀਂ ਚਾਰ ਅੱਖਾਂ ਦੀ ਕਲਮ ਜੇ ਬਣਾਉਂਦੇ ਹੋ ਇਹ ਕਿੰਨੀਆਂ ਅੱਖਾਂ ਥੱਲੇ ਜ਼ਮੀਨ ਚ ਦਿੰਦੇ ਹੋ ਤਰੇ ਅੱਖਾਂ ਜ਼ਮੀਨ ਤੇ ਦੇਵਦੀਆਂ ਤੇ ਇੱਕ ਅਖਬਾਰ ਹੁੰਦੀ ਇੱਕ ਅਖਬਾਰ ਹੁੰਦੀ ਠੀਕ ਹੈ ਜੀ ਅੱਛਾ ਤੁਸੀਂ ਜਿੰਨੀਆਂ ਕਲਮਾਂ ਲਾਉਂਦੇ ਹੋ ਅਗਰ ਤੁਸੀਂ ਸਮਝੋ 100 ਕਲਮ ਲਾਈ ਹੈ ਤਾਂ 100 ਕਲਮ ਵਿੱਚੋਂ ਕਿੰਨੀਆਂ ਕਲਮਾਂ ਜਿਹੜੀਆਂ ਉਹ ਸਾਰੀਆਂ ਉੱਗਣ ਗਈਆਂ ਤਕਰੀਬਨ ਜੇ ਨਹੀਂ ਹੈ 80 ਕਲਮ ਜੀ ਉਹ 100 ਫੀਸਾ ਦੇ ਨਹੀਂ ਹੈ ਉੱਗੇਗੀ ਤੇ 20 ਕਲਮਾਂ ਜ਼ਾਇਆ ਜਾਣ ਗਈਆਂ ਜੀ ਆ 20 ਕਲਮਾਂ ਹੋਣੀਆਂ ਹਨ ਪਰ ਉਹ ਛੋਟੀਆਂ ਹੋ ਜਾਂਦੀਆਂ ਨੇ ਹਜ਼ਾਰ ਦੀਆਂ ਠੀਕ ਹੈ ਤੇ ਬਕਰਾ ਜੇ ਨਹੀਂ ਹੈ ਉਹ ਸਿੱਧੀਆਂ ਉਤਾਂ ਪੜ ਜਾਂਦੀਆਂ अच्छा एक बंदा जेड़ा वो कलमा खरीद के ਤੁਹਾਡੇ ਕੋਲ ਲਾਣਾ ਚਾਹ ਰਿਹਾ ਹੈ ਤੇ ਤੁਹਾਡੇ ਹਿਸਾਬ ਨਾਲ ਕਿਹੜੀਆਂ ਕਲਮਾ ਜ਼ਿਆਦਾ ਅੱਛੀ ਹੋਣਗੇ ਜਿਹੜੀਆਂ ਅੱਛੇ ਤਰੀਕੇ ਨਾਲ ਉੱਗਣ ਗਿਆ ਤੇ ਕਦਸ਼ਾ ਵੀ ਠੀਕ ਕਰਨ ਗਿਆ ਉਹ तकरीबन भाई एसएस ਦੇ ਜਿਹੜੀ ਨੇ ਉਹ ਕਲਮਾ ਲਕਸ਼ਣ ਗਿਆ ਠੀਕ ਹੈ ਤੇ ਬਾਲੀਆਂ ਵੱਡੀਆਂ ਜਿਹੜੀਆਂ ਹੁੰਦੀਆਂ ਨੂੰ ਉਹ ਨਾ ਡੁੱਗੀਆਂ ਲੱਗਦੀਆਂ ਨੂੰ ਜੇ ਲੱਗਣ ਵੀ ਹਵਾਬ ਹੈ ਤਾਂ ਤੋ ਹਲ ਕੇ ਉਹ ਬਾਤ ਪੂਰੀਆਂ ਫਟਦੀਆਂ ਨੇ ਇਹ तकरीबन ਜੇ ਨਹੀਂ ਫੋਟੋ ਵੀ ਦੇ ਜਾਵਨ ਜੀ ਇਹ ਮੁਕੰਮਲ ਕਾਮਯਾਬ ਹੋਏ ਨਹੀਂ ਅੱਛਾ ਜੀ ਅੱਛਾ ਇਸ ਕਲਮ ਜਿਹੜੇ ਤੁਹਾਡੇ ਕੋਲ ਹੁਣ ਆਏ ਨੇ ਇਹਨਾਂ ਦੇ तकरीबन ਉਮਰ ਕਿਤਨੀ ਹੈ ਇਸ ਟਾਈਮ ਇਹ तकरीबन ਸਾਲ ਦੀ ਹੋ ਗਈ ਹੁਣ 1 ਸਾਲ ਦੀ ਜੀ 1 ਸਾਲ ਦੀ ਠੀਕ ਹੈ ਕੋਈ ਨਵਾਂ ਬੰਦਾ ਲਾਣਾ ਚਾਹ ਰਿਹਾ ਉਸ ਨੂੰ ਇਹ ਕਲਮਾਂ ਲਾਣੀਆਂ ਚਾਹੀਦੀਆਂ ਜਾਂ ਕਿਸੇ ਦਰਖਤ ਤੋਂ ਕੱਟ ਕੇ ਛੋਟੀ ਕਲਮ ਲਾਣੀ ਚਾਹੀਦੀ ਹੈ ਭਾਈ ਜਾਨ ਜੇ ਦਰਖਤ ਤੋਂ ਛੋਟੇ ਕਲਮ ਲੱਗ ਜਾਵੇ ਉਹਨਾਂ ਨੂੰ ਥੋੜੀ ਹਿਫਾਜ਼ਤ ਕਰਨੀ ਪਉਂਦੀ ਹੈ ਥੋੜਾ ਉਹਨਾਂ ਦੇ ਇਤਿਆਹਾਤ ਕਰਨੀ ਪਉਂਦੀ ਹੈ ਹੋ ਜਾਂਦੀਆਂ ਨਾ ਵੀ ਤੇ ਜੇ ਇੱਥੋਂ ਪੈਸੇ ਭਰ ਕੇ ਲੈ ਜਾਵੇ ਤੇ ਫਿਰ ਤੇ ਜੜਨੀ ਆ ਵੱਡੀਆਂ ਹੋ ਜਾਂਦੀਆਂ ਨੇ ਮਾਲ ਡੰਗਰ ਤਾਂ ਵੀ ਜੜਨੀ ਵੱਜ ਜਾਂਦੀਆਂ ਨੇ ਤੇ ਉਤਾਂ ਬੰਨੇ ਤਾਂ ਲੱਗੀਆਂ ਹੋਣ ਸ਼ਨਾਖਤ ਹੋ ਜਾਂਦੀ ਬੈਠੇ ਬੂਟਾ ਲੱਗਿਆ ਅੱਛਾ ਅਗਰ ਤੁਹਾਡੇ ਕੋਲ ਕਲਮਾ 100 ਬੰਦਾ ਲੈ ਕੇ ਜਾਂਦਾ ਹੈ ਤੇ ਉਹਨਾਂ ਵਿੱਚੋਂ ਕਿੰਨੀਆਂ ਕਲਮਾ ਉਗਣ ਗਈਆਂ ਤਕਰੀਬਨ ਸਾਡਾ ਜੜਨੀ ਆ 195 ਜੜਨੀ ਆ ਕੋ ਚਾਰ ਪਾਈ ਕਲਮਾ ਦਾ ਹਸਨ ਬਕਾਇਆ ਜੜਨੀ ਗਰੰਟੀ ਦਿੰਨੇ ਆ ਬਾ ਅੱਲਾ ਦੇ ਹੁਕਮ ਨਾਲ ਪੂਰੀਆਂ 100 ਯੁਗ ਸਨ ਅੱਛਾ ਚਾਰ ਪਾਈ ਕਲਮਾ ਸੇ 100 ਬੂਟੇ ਨਾਲ ਵਾਦ ਦਿੰਨੇ ਆ ਠੀਕ ਅੱਛਾ 100 ਨਾਲ ਤੁਸੀਂ ਚਾਰ ਪਾਈ ਕਲਮਾ ਜ਼ਿਆਦਾ ਦਿੰਦੇ ਹੋ ਜੀ ਠੀਕ ਹੋ ਗਿਆ ਅੱਛਾ ਭਾਈ ਜਾਨ ਇਹ ਦੱਸਣਾ ਜਿਹੜੀ ਤੁਸੀਂ ਤਿੰਨ ਨਸਲਾਂ ਦੱਸ ਰਹੇ ਹੋ ਇੱਕ ਸਦਾ ਬਾਰ ਇੱਕ ਗੋਲਡਨ ਤੇ ਇੱਕ ਦੇਸੀ ਇਹਨਾਂ ਤਿੰਨਾਂ ਨਸਲਾਂ ਵਿੱਚੋਂ ਕਿਹੜੀ ਜਿਹੜੀ ਨਸਲ ਹੈ ਉਹ ਅੱਛੇ ਤਰੀਕੇ ਨਾਲ ਬਰੌਤਰੀ ਕਰਦੀ ਹੈ ਤੇ ਜਲਦੀ ਤਿਆਰ ਹੋਵਿੰਦੀ ਹੈ ਉਹ ਜੀ ਹੈ ਗੋਲਡਨ ਹੈ ਇਹ ਤਕਰੀਬਨ ਜਿਹੜਨੀ ਹੈ ਨਾ ਬਾਲਾ ਖਰਾਬ ਹੁੰਦੀ ਹੈ ਬਾਕੀ ਸਿੱਧ ਜਿਹੜਨੀ ਹੈ ਉਤਾ ਵਹਿੰਦੀ ਹੈ ਬਾਕੀ ਉਹ ਦੇਸੀ ਹੈ ਉਹ ਉਤਾ ਵਹਿੰਦੀ ਹੈ ਪਰ ਉਹ ਜਿਹੜਨੀ ਹੈ ਥੱਲੋ ਮੋਟੀ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਤੇ ਇਹ ਜਿਹੜੇ ਤੁਸੀਂ 골ਡਨ ਦੱਸ ਰਹੇ ਹੋ ਇਹ 골ਡਨ ਜਿਹੜੇ ਵਪਾਰੀ ਅਜ਼ਰਾਤ ਐ ਨੇ ਇਹ ਖੁਸ਼ ਹੋ ਕੇ ਖਰੀਦਦੇ ਨੇ ਜਾਂ ਇਸੀ ਜ਼ਿਆਦਾ ਖੁਸ਼ ਹੋ ਕੇ ਦੇ। ਜੀ 골ਡਨ ਜ਼ਿਆਦਾ ਖਰੀਦਣ ਜੇ ਚਿੱਟੀ ਲੱਕੜੀ ਹੁੰਦੀ ਵੇਚੋ। ਠੀਕ ਹੈ। ਤੇ ਵਾਤ ਸ਼ਟਰੰਗ ਆਲੇ ਇਹਨੂੰ ਲੈ ਬਿੰਦੇ ਨੂੰ ਜਿਹੜਾ ਇਹਨਾਂ ਦੇਸੀ ਉਹ ਵਿੱਚੋਂ ਖਰਾਬ ਹੋ ਬਿੰਦਾ ਫੂਕਲਾ ਹੋ ਬਿੰਦਾ। ਠੀਕ ਹੈ। ਅਗਰ 골ਡਨ ਨਹੀਂ ਖਰਾਬ ਹੁੰਦਾ। ਜੀ 골ਡਨ ਨਹੀਂ ਖਰਾਬ ਹੁੰਦਾ। ਤੁਹਾਡੇ ਹਿਸਾਬ ਨਾਲ ਫਾਰਮਰ ਨੂੰ 골ਡਨ ਲੈਣਾ ਚਾਹੀਦਾ। ਜੀ 골ਡਨ ਅੱਛਾ ਇਹ ਦੱਸੋ ਬਈ ਇਹ ਤਕਰੀਬਨ ਕਿੰਨੇ ਸਾਲ ਚ ਆਪਣਾ ਵੇਚਣ ਦੇ ਕਾਬਿਲ ਹੋ ਵਿੰਦਾ ਹੈ ਇਹ ਤਕਰੀਬਨ 3 ਸਾਲ ਤੱਕ ਜਿਹੜੀ ਨਹੀਂ ਹੈ ਵਪਾਰੀ ਲੈ ਸਕਦਾ ਉਹ ਇਹ 2 ਸਾਲ ਦਾ ਛਟਰੰਗ ਵਾਲੇ ਲੈ ਜਾਂਦੇ ਨੇ ਠੀਕ ਹੈ ਅਗਰ ਇਹ ਦਰਖਤ ਇੱਕ ਜ਼ਮੀਨ ਚੋਂ ਬੰਦਾ ਲਾਂਦਾ ਹੈ ਤੇ 2 ਸਾਲ ਚ ਤਕਰੀਬਨ ਕਿੰਨਾ ਦੇ ਇੱਕ ਦਰਖਤ ਸੇਲ ਹੋ ਵਿੰਦਾ ਹੈ ਤਕਰੀਬਨ 1500 ਰੁਪਏ ਤੱਕ ਹੈ ਤੇ ਜੇ 3 ਸਾਲ ਅਗਰ ਖਲੋਤਾ ਰਹੇ ਤੇ ਫਿਰ 2000 ਠੀਕ ਹੈ ਤਕਰੀਬਨ 500 ਤੋਂ 1000 ਰੁਪਏ ਦਰਮਿਆਨ ਫੀ ਮਤਲਬ ਹੈ ਇੱਕ ਸਾਲ ਇਜ਼ਾਫਾ ਹੁੰਦਾ ਹੈ ਜੀ ਇੱਕ ਸਾਲ ਠੀਕ ਹੈ ਅਗਰ ਇਹ ਦਰਖਤ 5 ਸਾਲ ਤੱਕ ਅਸੀਂ ਖੜਾ ਰੱਖਦੇ ਹਾਂ ते पाँच साल बाद तक कितने का फोएगा फिर तकरीबन ज नहीं है पैंतीस हज़ार का दा। अच्छा ए दसो भी लकड़ी किस जगह इस्तेमाल होंगी है लकड़ी यदि पेटी भी बन पटरिंग दे अच्छा दोस्तों पापुलर की नर्सरी के उपर आपने मेरी वीडियो देखी उम्मीद है ये वीडियो आपको पसंद आई होगी मज़ीद अच्छी के लिए मेरे चैनल को सब्सक्राइब करें और साथ बेल लाइकन प्रेस कर दें ताकि मेरे आने वाले हर वीडियो आपको बर वक्त मिलती रहे आपका बहुत शुक्रिया